ਇਹਨਾਂ ਖਬਰਾਂ ਦੇ ਪ੍ਰਯੋਜਕ ਹਨ। ਗਿਲਕੋ ਗਰੁੱਪ ਮੋਹਾਲੀ ਤੁਹਾਡੇ ਲਈ ਲੈ ਕੇ ਆਏ ਹਨ ਪਿਆਰ ਦੀਆਂ ਇਮਾਰਤਾਂ ਸੱਚ ਦੀ ਬੁਨਿਆਦ ਤੇ। ਪੰਜਾਬ ਦੇ ਮਾਲਵਾ ਇਲਾਕੇ ਵਿੱਚ ਗੈਂਗਸਟਰਾਂ ਵੱਲੋਂ ਲੁੱਟਾਂ ਖੋਹਾਂ ਡਕੈਤੀਆਂ ਅਤੇ ਫਰੌਤੀਆਂ ਦਾ ਸਿਲਸਿਲਾ ਲਗਾਤਾਰ ਵੱਧਦਾ ਜਾ ਰਿਹਾ। ਇਸੇ ਸਿਲਸਿਲੇ ਵਿੱਚ ਬੁੱਧਵਾਰ ਦੁਪਹਿਰੇ ਜਲਾਲਾਬਾਦ ਦੇ ਸ਼੍ਰੀ ਮੁਕਤਸਰ ਸਾਹਿਬ ਰੋਡ ਤੇ ਮੋਟਰਸਾਈਕਲ ਸਵਾਰ ਹਥਿਆਰਬੰਦ ਲੁਟੇਰਿਆਂ ਵੱਲੋਂ ਕਾਰ ਵਿੱਚ ਕੈਸ਼ ਲੈ ਕੇ ਆ ਰਹੇ ਕੋਟਕ ਮਹਿੰਦਰਾ ਬੈਂਕ ਦੇ ਮੁਲਾਜ਼ਮਾਂ ਕੋਲੋਂ ਲਗਭਗ 45 ਲੱਖ ਰੁਪਏ ਦੀ ਲੁੱਟ ਕਰਕੇ ਫਰਾਰ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ। ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟ ਗਈ ਹੈ। ਮੁੱਢਲੀ ਜਾਣਕਾਰੀ ਅਨੁਸਾਰ ਕੋਟਕ ਮਹਿੰਦਰਾ ਬੈਂਕ ਦੇ 2 ਮੁਲਾਜ਼ਮ ਸ਼੍ਰੀ ਮੁਕਤਸਰ ਸਾਹਿਬ ਤੋਂ ਬੈਂਕ ਦੀ ਪੇਮੈਂਟ ਲੈ ਕੇ ਆ ਰਹੇ ਸਨ। ਜਦੋਂ ਜਲਾਲਾਬਾਦ ਤੋਂ ਕਰੀਬ 4 ਕਿਲੋਮੀਟਰ ਪਹਿਲਾਂ ਰਾਧਾ ਸਵਾਮੀ ਡੇਰੇ ਕੋਲ ਪਹੁੰਚੇ ਤਾਂ ਮੋਟਰਸਾਈਕਲ ਤੇ ਸਵਾਰ ਲੁਟੇਰਿਆਂ ਵੱਲੋਂ ਉਹਨਾਂ ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਗਈ। ਉਹਨਾਂ ਵੱਲੋਂ ਬੈਂਕ ਮੁਲਾਜ਼ਮਾਂ ਤੇ ਗੋਲੀ ਚਲਾਉਂਦੇ ਹੋਏ ਰੁਕਣ ਦਾ ਇਸ਼ਾਰਾ ਕੀਤਾ ਗਿਆ ਪਰ ਉਹ ਨਹੀਂ ਰੁਕੇ। ਇਸ ਦੌਰਾਨ ਉਹਨਾਂ ਨੇ ਆਪਣਾ ਮੋਟਰਸਾਈਕਲ ਕਾਰ ਦੇ ਅੱਗੇ ਲਾ ਕੇ ਕਾਰ ਨੂੰ ਰੋਕ ਲਿਆ। ਉਸ ਤੋਂ ਬਾਅਦ ਲੁਟੇਰਿਆਂ ਵੱਲੋਂ ਬੈਂਕ ਮੁਲਾਜ਼ਮਾਂ ਨੂੰ ਗੱਡੀ ਵਿੱਚੋਂ ਬਾਹਰ ਕੱਢ ਕੇ ਉਹਨਾਂ ਦੀਆਂ ਅੱਖਾਂ ਵਿੱਚ ਮਿਰਚਾਂ ਪਾ ਦਿੱਤੀਆਂ ਗਈਆਂ ਅਤੇ ਗੱਡੀ ਦੀ ਪਿਛਲੀ ਸੀਟ ਤੇ ਟਰੰਕ ਵਿੱਚ ਰੱਖੇ ਲਗਭਗ 45 ਲੱਖ ਰੁਪਏ ਲੁੱਟ ਕੇ ਉਹ ਫਰਾਰ ਹੋ ਗਏ। ਦੋਵੇਂ ਲੁਟੇਰੇ ਜਿਨ੍ਹਾਂ ਨੇ ਮੂੰਹ ਬੰਨੇ ਹੋਏ ਸਨ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਘਟਨਾ ਸਥਾਨ ਤੋਂ ਮੋਟਰਸਾਈਕਲ ਤੇ ਹੀ ਕੈਸ਼ ਲੈ ਕੇ ਫਰਾਰ ਹੋ ਗਏ। ਹਾਦਸਾ ਸਰ, ਅਸੀਂ ਕੋਟਕ ਮਹਿੰਦਰਾ ਬੈਂਕ ਜਲਾਲਾਬਾਦ ਦੇ ਮੁਲਾਜ਼ਮ ਹਾਂ ਅਤੇ ਅਸੀਂ ਕੈਸ਼ ਲੈਣ ਗਏ ਸੀਗੇ ਮੁਕਤਸਰ ਸਾਹਿਬ, ਜੋ ਆਪਣੀ ਕੋਟਕ ਮਹਿੰਦਰਾ ਦੀ ਬ੍ਰਾਂਚ ਹੈ, ਅਤੇ ਅਸੀਂ ਲਗਭਗ ਉੱਥੋਂ 11 ਕੁ ਵਜੇ ਚੱਲੇ ਹਾਂ ਕੈਸ਼ ਲੈ ਕੇ, ਅਤੇ ਆਪਣੇ ਸੈਦੋ ਕੇ ਰਾਧਾ ਸਵਾਮੀ ਸਤਸੰਗ ਘਰ ਕੋਲ ਸਾਡੇ 'ਤੇ ਫਾਇਰਿੰਗ ਹੋਣੀ ਸ਼ੁਰੂ ਹੋ ਗਈ ਅਤੇ ਗੱਡੀ ਰੋਕਣ ਬਾਰੇ ਕਹਿ ਰਹੇ ਸੀ, ਗੱਡੀ ਅਸੀਂ ਰੋਕ ਲਈ ਜੀ। ਸ਼ੀਸ਼ਾ ਅਸੀਂ ਖੋਲ੍ਹ ਨਹੀਂ ਰਹੇ ਸੀ, ਬਾਕੀ ਉਹਨੇ ਇਸ਼ਾਰਾ ਕੀਤਾ ਰਿਵਾਲਵਰ ਦੀ ਨੋਕ 'ਤੇ ਵੀ ਸ਼ੀਸ਼ਾ ਖੋਲ੍ਹੋ ਜਾਂ ਬਾਰੀ ਖੋਲ੍ਹੋ। ਬਾਰੀ ਖੋਲ੍ਹਣੀ ਪਈ ਸਰ, ਬਾਰੀ ਖੋਲ੍ਹੀ ਅਤੇ ਉਹਨਾਂ ਅੱਖਾਂ 'ਚ ਮਿਰਚਾਂ ਪਾਈਆਂ ਸਰ। 2 ਜਣੇ ਸੀ ਬਾਈਕ 'ਤੇ ਸੀ, ਜਿਹਨੇ ਲੁੱਟ ਕੀਤੀ ਉਹਦਾ ਮੂੰਹ ਨਹੀਂ ਬੰਨਿਆ ਹੋਇਆ ਸੀਗਾ ਅਤੇ ਜਿਹੜਾ ਡਰਾਈਵ ਕਰ ਰਿਹਾ ਸੀ ਉਹਨੇ ਹੈਲਮਟ ਪਾਇਆ ਹੋਇਆ ਸੀ। ਉਸ ਤੋਂ ਬਾਅਦ ਅੱਖਾਂ 'ਚ ਉਹਨਾਂ ਪਾਈਆਂ ਸੀ ਮਿਰਚਾਂ ਅਤੇ ਗੰਦੀਆਂ ਗਾਲਾਂ ਵੀ ਕੱਢ ਰਹੇ ਸੀਗੇ ਅਤੇ ਪਿਛਲੀ ਉਹਨਾਂ ਬਾਰੀ ਖੋਲ੍ਹੀ, ਟਰੰਕ ਚੱਕਿਆ, ਮੈਨੂੰ ਕਹਿੰਦੇ ਮੋਬਾਈਲ ਦੇ ਦਿੱਤਾ ਮੈਂ ਉਹਨਾਂ ਨੂੰ। ਫਿਰ ਘੁੰਮ ਕੇ ਜੀ ਉਹ ਆ ਗਏ ਡਰਾਈਵਰ ਸਾਈਡ, ਫਿਰ ਉਹਦੇ ਅੱਖਾਂ 'ਚ ਮਿਰਚਾਂ ਪਾਈਆਂ ਅਤੇ ਉਹਦਾ ਵੀ ਮੋਬਾਈਲ ਖੋਲ੍ਹਿਆ ਅਤੇ ਜਲਾਲਾਬਾਦ ਵਾਲੀ ਸਾਈਡ ਨੂੰ ਚੱਲ ਗਏ। 45 ਲੱਖ ਰੁਪਇਆ ਸੀਗਾ ਜੀ, ਉਹਨਾਂ ਟਰੰਕ ਵਿਚਕਾਰ ਰੱਖਿਆ ਅਤੇ ਜਲਾਲਾਬਾਦ ਵੱਲ ਦੀ ਚੱਲ। ਉਧਰ ਵਾਰਦਾਤ ਦੀ ਸੂਚਨਾ ਮਿਲਦਿਆਂ ਹੀ ਵੱਡੀ ਗਿਣਤੀ ਵਿੱਚ ਪੁਲਿਸ ਅਧਿਕਾਰੀ ਵੀ ਘਟਨਾ ਸਥਾਨ ਤੇ ਪਹੁੰਚੇ ਅਤੇ ਮਾਮਲੇ ਦੀ ਬਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਲੁੱਟ ਦੀ ਇਸ ਵਾਰਦਾਤ ਨੂੰ ਸੁਲਝਾਉਣ ਲਈ ਪੁਲਿਸ ਦੀਆਂ ਵੱਖ ਵੱਖ ਟੀਮਾਂ ਬਣਾਈਆਂ ਗਈਆਂ ਨੇ ਅਤੇ ਰਸਤੇ ਵਿੱਚ ਲੱਗੇ CCTV ਕੈਮਰੇ ਵੀ ਖੰਗਾਲੇ ਜਾ ਰਹੇ ਨੇ। ਇਹ ਜਾ ਰਹੇ ਸੀਗੇ ਮੁਕਤਸਰ ਦੇ ਉੱਤੇ, ਇਹਨਾਂ ਨੇ ਕੱਲ੍ਹ ਮੇਲ ਪਾਈ ਸੀਗੀ ਵੀ ਅਸੀਂ ਕੈਸ਼ ਚਾਹੀਦਾ ਹੈਗਾ ਕਿ ਆਪਣੀ ਕਾਰ ਦੇ ਉੱਤੇ EVM ਕਾਰ ਹੈਗੀ, ਇਹਦੇ ਉੱਤੇ 45 ਲੱਖ ਰੁਪਈਆ ਮੁਕਤਸਰ ਗ੍ਰੀਨ ਮਾਰਕੀਟ 'ਚੋਂ ਲੈ ਕੇ ਆ ਰਹੇ ਸੀ। ਜਦੋਂ ਇੱਥੇ ਸ਼ਹਿਰ ਦੇ ਨੇੜੇ ਇਹ ਇਸ ਜਗ੍ਹਾ ਦੇ ਉੱਤੇ ਪਹੁੰਚੇ ਤਾਂ 2 ਮੋਟਰਸਾਈਕਲ ਸਵਾਰਾਂ ਨੇ ਉਹਨਾਂ ਨੂੰ ਅਤੇ ਜਦੋਂ ਇਹਨਾਂ ਕਾਰ ਨਹੀਂ ਰੋਕੀ ਤਾਂ ਉਹਨਾਂ ਨੇ ਮੋਟਰਸਾਈਕਲ ਅੱਗੇ ਲਾ ਕੇ ਕਾਰ ਰੋਕ ਲਈ। ਉਹ ਜੋ ਇੱਕ ਮੁੰਡੇ ਨੂੰ ਥੱਲੇ ਲਾ ਲਿਆ ਅਤੇ ਉਹਦੇ ਉਹਨਾਂ ਨੇ ਮਿਰਚਾਂ ਪਾਈਆਂ ਛੁੱਟੀਆਂ। ਜਿਹੜਾ ਦੂਜਾ ਡਰਾਈਵਰ ਸੀਗਾ ਸੀਟ 'ਤੇ ਬੈਠਾ, ਉਹਨੇ ਕੋਸ਼ਿਸ਼ ਕੀਤੀ ਮੈਂ ਕਾਰ ਭਜਾ ਲਾਂ, ਪਰ ਉਹਨਾਂ ਨੇ ਉਹਦੇ ਸ਼ੀਸ਼ੇ 'ਚ ਫਾਇਰ ਮਾਰਿਆ, ਜਿਹੜਾ ਸਕਿੱਡ ਕਰਕੇ ਗੋਲੀ ਜਿਹੜੀ ਬਾਹਰ ਸਿੱਕਾ ਉਹਦਾ ਡਿੱਗ ਪਿਆ, ਪਰ ਉਹਦੇ ਨਹੀਂ ਲੱਗੀ। ਫਿਰ ਉਹ ਵੀ ਉਤਰ ਗਿਆ ਅਤੇ ਉਹ ਪਿਛਲੀ ਸੀਟ ਦੇ ਉੱਤੇ ਜਿਹੜਾ ਟਰੰਕ ਪਿਆ ਸੀਗਾ ਉਹ ਜਿਹਦੇ 45 ਲੱਖ ਰੁਪਇਆ ਸੀਗਾ ਉਹ ਲੈ ਕੇ ਫਰਾਰ ਹੋ। ਚੰਡੀਗੜ੍ਹ ਤੋਂ PBC ਨਿਊਜ਼ ਲਈ ਬਿਊਰੋ ਰਿਪੋਰਟ। ਇਹਨਾਂ ਖਬਰਾਂ ਦੇ ਪ੍ਰਯੋਜਕ ਹਨ ਗਿਲਕੋ ਗਰੁੱਪ ਮੋਹਾਲੀ, ਤੁਹਾਡੇ ਲਈ ਲੈ ਕੇ ਆਏ ਹਨ ਪਿਆਰ ਦੀਆਂ ਇਮਾਰਤਾਂ ਸੱਚ ਦੀ ਬੁਨਿਆਦ ਤੇ।